ਹੈਲੋ ਰਿਵਾਨ ਸਵਾਗਤ ਕਰਦਾ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਪਹਿਲੇ ਅਤੇ ਦੂਜੇ ਐਂਗਲੋ ਸੈਕ ਯੂ ਦਰਨ ਰਿਲੇਟਡ ਆਪਣੇ ਕੋਲ ਜਿੰਨੇ ਵੀ ਐਮਸੀਕਿਊ ਬੰਦੇ ਹਨ ਸਾਰੇ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਹਾਂਜੀ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਸਾਬਿਤ ਹੋਣ ਵਾਲੀ ਹੈ ਇਸ ਲਈ ਸਾਰੇ ਵਿਦਿਆਰਥੀਆਂ ਨੂੰ ਰਿਕਵੈਸਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੈ ਐਂਡ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਵੋ ਤਾਂ ਜੋ ਜਦੋਂ ਵੀ ਕੋਈ ਨੈਕਸਟ ਜੁੜੀ ਅਪਲੋਡ ਹੁੰਦੀ ਹੈ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਜਾਦਾ ਸਮਾਂ ਵੇਸਟ ਨਾ ਕਰਦੇ ਹੋਏ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਹਾਂਜੀ ਫਰਸਟ ਆਪਣੇ ਕੋਲ ਕੁਸਚਨ ਹੈ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀਗਾ ਹਾਂਜੀ ਇਹ ਕੁਸਚਨ ਦਾ ਆਨਸਰ ਪਹਿਲਾਂ ਤੁਸੀਂ ਆਪਣੇ ਮਾਈਂਡ ਵਿੱਚ ਸੋਚਣਾ ਹੋਵੇਗਾ ਹਾਂਜੀ ਇਸ ਤੋਂ ਆਪਣੇ ਕੋਲ ਸਹੀ ਆਨਸਰ ਕੀ ਹੋ ਜਾਵੇਗਾ ਏ ਇਸ ਦਾ ਰਾਈਟ ਆਪਸ਼ਨ ਹੋਵੇਗਾ 1845-46 ਈਸਵੀ ਦੇ ਵਿੱਚ ਹਾਂਜੀ ਪਹਿਲਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀਗਾ 1845-46 ਈਸਵੀ ਦੇ ਵਿੱਚ ਐਂਡ ਦੂਜਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ ਸੀਗਾ 1848-49 ਈਸਵੀ ਦੇ ਵਿੱਚ ਨੈਕਸਟ ਪਹਿਲੇ ਐਂਗਲੋ ਸਿੱਖ ਯੁੱਧ ਦੇ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀਗਾ ਹਾਂਜੀ ਜਿੰਨੇ ਵੀ ਆਮ ਸੀ ਕਿ ਇਨਕਲੂਡ ਕੀਤੇ ਜਾਣ ਇਹ ਸਾਰੇ ਹੀ ਕੁਐਸਚਨ ਅਲੱਗ-ਅਲੱਗ ਕੰਪੀਟਿਟਿਵ ਇਗਜ਼ਾਮ ਚ ਬਹੁਤ ਹੀ ਵਾਰ ਰਿਪੀਟ ਹੋ ਚੁੱਕੇ ਹਨ ਹਾਂਜੀ ਇਸ ਤੋਂ ਆਪਣੇ ਕੋਲ ਸਹੀ ਆਨਸਰ ਕੀ ਹੋ ਜਾਵੇਗਾ ਬੀ ਇਸ ਦਾ ਰਾਈਟ ਆਪਸ਼ਨ ਹੋਵੇਗਾ ਲਾਰਡ ਹਾਰਡਿੰਗ ਹਾਂਜੀ ਪਹਿਲੇ ਐਂਗਲੋ ਸਿੱਖ ਯੁੱਧ ਦੇ ਸਮੇਂ ਪਾਰਤ ਦਾ ਗਵਰਨਰ ਜਨਰਲ ਕੌਣ ਸੀਗਾ ਲਾਰਡ ਹਾਰਡਿੰਗ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਐਦਾ ਕੁਸਚਨ ਪੁੱਛਿਆ ਜਾਵੇ ਕਿ ਦੂਜੇ ਐਂਗਲੋ ਸਿੱਖ ਯੁੱਧ ਦੇ ਸਮੇਂ ਪਾਰਤ ਦਾ ਗਵਰਨਰ ਜਨਰਲ ਕੌਣ ਸੀਗਾ ਤਾਂ ਫਿਰ ਤੁਹਾਡਾ ਸਹੀ ਆਨਸਰ ਕੀ ਹੋਵੇਗਾ ਲਾਰਡ ਡਲਹੌਜੀ ਨੈਕਸਟ ਆਪਾਂ ਮੂਵ ਕਰਦੇ ਹਾਂ 3 ਨੰਬਰ ਕੁਸਚਨ ਵੱਲ ਹਾਂਜੀ ਮੁਦਕੀ ਦੀ ਲੜਾਈ ਕਦੋਂ ਹੋਈ ਸੀਗੀ ਇਹ ਪਹਿਲੇ ਐਂਗਲੋ ਸਿੱਖ ਯੁੱਧ ਦੀ ਲੜਾਈ ਸੀਗੀ ਹਾਂਜੀ ਇਸ ਤੋਂ ਆਪਣੇ ਕੋਲ ਸਈਆਂ ਸਰ ਕੀ ਹੋ ਚੋਵੇਗਾ ਬੀ ਇਸ ਦਾ ਰਾਈਟ ਆਪਸ਼ਨ ਹੋਵੇਗਾ 18 ਦਸੰਬਰ 1845 ਈਸਵੀ ਨੂੰ ਹਾਂਜੀ ਮੁਦਕੀ ਦੀ ਲੜਾਈ ਕਦੋਂ ਹੋਈ ਸੀਗੀ 18 ਦਸੰਬਰ 1845 ਈਸਵੀ ਨੂੰ ਇਸ ਤੋਂ ਇਲਾਵਾ ਮੁਦਕੀ ਦੀ ਲੜਾਈ ਵਿੱਚ ਜਿੱਤ ਕਿਸ ਦੀ ਹੋਈ ਸੀਗੀ ਬ੍ਰਿਟਿਸ਼ ਸਰਕਾਰ ਦੀ ਜਿੱਤ ਹੋਈ ਸੀਗੀ ਯਾਨੀ ਕਿ ਅੰਗਰੇਜ਼ਾਂ ਦੀ ਇਸ ਲੜਾਈ ਵਿੱਚ ਜਿੱਤ ਹੋਈ ਸੀਗੀ ਇਸ ਤੋਂ ਇਲਾਵਾ ਇਸ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਸੀਗੀ ਤਾਂ ਤੁਹਾਡਾ ਸਹੀ ਆਨਸਰ ਕੀ ਹੋਵੇਗਾ ਲਾਲ ਸਿੰਘ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਅੰਗਰੇਜ਼ਾਂ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਦੀ ਅਗਵਾਈ ਕਿਸ ਨੇ ਕੀਤੀ ਸੀਗੀ ਸਰ ਹੁਗ ਗੋਣੇ ਸਰ ਹੁਗ ਗੋਣੇ ਹਾਂਜੀ ਇਸ ਨੂੰ ਵੀ ਤੁਸੀਂ ਜ਼ਰੂਰ ਨੋਟ ਕਰ ਲੈਣਾ ਹੈ ਨੈਕਸਟ ਆਪਣਾ 4 ਨੰਬਰ ਕੁਐਸਚਨ ਹੈਗਾ ਹਾਂਜੀ ਜੇਕਰ ਵੀਡੀਓ ਹੈਲਪਫ ਲੱਗ ਰਹੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਪਹਿਲੇ ਐਂਗਲੋ ਸਿੱਖ ਯੋਧ ਦੀ ਇੱਕੋ ਇੱਕ ਲੜਾਈ ਜਿਸ ਵਿੱਚ ਸਿੱਖਾਂ ਦੀ ਜਿੱਤ ਹੋਈ ਸੀਗੀ ਮੋਸਟ ਇੰਪੋਰਟ ਕੁਐਸਚਨ ਹਾਂਜੀ ਇਸ ਤੋਂ ਆਪਣੇ ਕੋਲ ਸਹੀ ਆਂਸਰ ਕੀ ਹੋ ਜਾਵੇਗਾ ਬੀ ਇਸ ਦਾ ਰਾਈਟ ਆਪਸ਼ਨ ਹੋਵੇਗਾ ਬੱਦੋਵਾਲ ਦੀ ਲੜਾਈ ਹਾਂਜੀ ਬੱਦੋਵਾਲ ਦੀ ਜੋੜ ਲੜਾਈ ਹੋਈ ਸੀਗੀ ਇਸ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ ਸੀਗੀ ਐਂਡ ਅੰਗਰੇਜ਼ਾਂ ਦੀ ਹਾਰ ਹੋਈ ਸੀਗੀ ਇਸ ਤਰ੍ਹਾਂ ਇਹ ਲੜਾਈ ਹੋਈ ਕਦੋਂ ਸੀਗੀ 21 ਜਨਵਰੀ 1846 ਈਸਵੀ ਨੂੰ ਇਹ ਲੜਾਈ ਹੋਈ ਸੀਗੀ ਇਸ ਤਰ੍ਹਾਂ ਇਸ ਵਿੱਚ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਸੀਗੀ ਤਾਂ ਤੁਹਾਡਾ ਸਹੀ ਆਨਸਰ ਕੀ ਹੋਵੇਗਾ ਰਣਜੋਧ ਸਿੰਘ ਮਜੀਠੀਆ ਯਾਨੀ ਕਿ ਰਣਜੋ ਸਿੰਘ ਮਜੀਠੀਆ ਨੇ ਇਸ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੀਤੀ ਸੀਗੀ ਐਂਡ ਅੰਗਰੇਜ਼ੀ ਸੈਨਾ ਦੀ ਅਗਵਾਈ ਕਿਸ ਨੇ ਕੀਤੀ ਸੀਗੀ ਸਰ ਹੈਂਡਰੀ ਸਮਿਥ ਨੇ ਸਰ ਹੈਂਡਰੀ ਸਮਿਥ ਨੇ ਅੰਗਰੇਜ਼ਾਂ ਦੀ ਅਗਵਾਈ ਕੀਤੀ ਸੀਗੀ ਕਿਹੜੀ ਲੜਾਈ ਵਿੱਚ ਬੱਦੋਵਾਲੀ ਲੜਾਈ ਵਿੱਚ ਨੈਕਸਟ ਸਬਰਾਉਂ ਦੀ ਲੜਾਈ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਕਿਸ ਨੇ ਕੀਤੀ ਸੀ ਹਾਂਜੀ ਇਸ ਤੋਂ ਆਪਣੇ ਕੋਲ ਸਹੀ ਆਨਸਰ ਕੀ ਹੋ ਜਾਵੇਗਾ ਸੀ ਇਸ ਦਾ ਰਾਈਟ ਆਉਟਸ਼ ਹੋਵੇਗਾ ਉਪਰੋਕਤ ਦੋਨੋਂ ਯਾਨੀ ਕਿ ਸਰ ਹੁਗੋਗੋ ਅਤੇ ਸਰ ਹੈਂਡਰੀ ਹਾਰਡਿੰਗ ਨੇ ਸਬਰਾਉਂ ਦੀ ਲੜਾਈ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਕੀਤੀ ਸੀਗੀ ਇਸ ਤੋਂ ਇਲਾਵਾ ਸਬਰਾਉਂ ਦੀ ਲੜਾਈ ਹੋਈ ਕਦੋਂ ਸੀਗੀ ਤਾਂ ਤੁਹਾਡਾ ਸਹੀ ਆਨਸਰ ਕੀ ਹੋਵੇਗਾ 10 ਫਰਵਰੀ 1846 ਈਸਵੀ ਨੂੰ 10 ਫਰਵਰੀ 1846 ਈਸਵੀ ਨੂੰ ਸਬਰਾਉਂ ਦੀ ਲੜਾਈ ਹੋਈ ਸੀਗੀ ਇਸ ਤੋਂ ਇਲਾਵਾ ਸਿੱਖ ਸੈਨਾ ਦੀ ਅਗਵਾਈ ਕਿਸ ਨੇ ਕੀਤੀ ਸੀਗੀ ਇਸ ਲੜਾਈ ਦੇ ਵਿੱਚ ਲਾਲ ਸਿੰਘ ਤੇਜਾ ਸਿੰਘ ਅਤੇ ਸ਼ਾਮ ਸਿੰਘ ਹਾਂਜੀ ਕਿਹਨਾਂ ਕੀਤੀ ਸੀਗੀ ਲਾਲ ਸਿੰਘ ਤੇਜਾ ਸਿੰਘ ਅਤੇ ਸ਼ਾਮ ਸਿੰਘ ਨੇ ਸਿੱਖਾਂ ਦੀ ਅਗਵਾਈ ਕੀਤੀ ਸੀਗੀ ਕਿਹੜੀ ਲੜਾਈ ਵਿੱਚ ਸਬਰਾਉਂ ਦੀ ਲੜਾਈ ਦੇ ਵਿੱਚ ਨੈਕਸਟ ਆਪਣਾ ਕੁਸ਼ਨ ਹੈ ਅੜੀਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਸੀ ਹਾਂਜੀ ਇਸ ਤੋਂ ਆਪਣੇ ਕੋਲ ਸਹੀ ਆਨਸਰ ਕੀ ਹੋ ਜਾਵੇਗਾ ਸੀ ਇਸ ਦਾ ਰਾਈਟ ਆਨਸਰ ਹੋਵੇਗਾ ਰੰਜੋ ਸਿੰਘ ਨੇ ਹਾਂਜੀ ਅਲੀਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਸੀਗੀ ਰੰਜੋ ਸਿੰਘ ਨੇ ਕੀਤੀ ਸੀਗੀ ਇਸ ਤੋਂ ਇਲਾਵਾ ਇਹ ਲੜਾਈ ਹੋਈ ਕਦੋਂ ਸੀਗੀ ਤਾਂ ਤੁਹਾਡਾ ਸਹੀ ਆਨਸਰ ਕੀ ਹੋਵੇਗਾ 28 ਜਨਵਰੀ 1846 ਈਸਵੀ ਨੂੰ ਅਲੀਵਾਲ ਦੀ ਲੜਾਈ ਹੋਈ ਸੀਗੀ ਇਸ ਤੋਂ ਇਲਾਵਾ ਅੰਗਰੇਜ਼ੀ ਸੈਨਾ ਦੀ ਗਵਾਈ ਇਸ ਲੜਾਈ ਵਿੱਚ ਕਿਸ ਨੇ ਕੀਤੀ ਸੀਗੀ ਸਰ ਹੈਂਡਰੀ ਸਮਿਥ ਨੇ ਨੈਕਸਟ ਆਪਾਂ ਮੂਵ ਕਰਦੇ ਹਾਂ 7 ਨੰਬਰ ਕੋਸ਼ ਵਾਲਾ ਹਾਂ ਜੀ ਫਿਰੋਜ਼ਪੁਰ ਸ਼ਹਿਰ ਦੀ ਲੜਾਈ ਕਦੋਂ ਹੋਈ ਸੀ ਹਾਂ ਜੀ ਇਸ ਤੋਂ ਆਪਣੇ ਕੋਲ ਸਹੀਆਂ ਸਰਕੀ ਹੋ ਜਾਵੇਗਾ ਏ ਇਸ ਦਾ ਰਾਈਟ ਆਪਸ਼ਨ ਹੋਵੇਗਾ 21 ਦਸੰਬਰ 1845 ਈਸਵੀ ਨੂੰ ਹਾਂ ਜੀ ਫਿਰੋਜ਼ਪੁਰ ਸ਼ਹਿਰ ਦੀ ਲੜਾਈ ਕਦੋਂ ਹੋਈ ਸੀਗੀ 21 ਦਸੰਬਰ 1845 ਈਸਵੀ ਨੂੰ ਇਸ ਤੋਂ ਲਵਾ ਇਸ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਸੀਗੀ ਲਾਲ ਸਿੰਘ ਨੇ ਅਤੇ ਤੇਜਾ ਸਿੰਘ ਨੇ ਇਸ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੀਤੀ ਸੀਗੀ ਐਂਡ ਅੰਗਰੇਜ਼ੀ ਸਨਾਂ ਦੀ ਗਵਾਈ ਕਿਸ ਨੇ ਕੀਤੀ ਸੀ ਸਰ ਹੁਗਗੋਣੀ ਅੰਗਰੇਜ਼ੀ ਸਨਾਂ ਦੀ ਅਗਵਾਈ ਇਸ ਲੜਾਈ ਦੇ ਵਿੱਚ ਕੀਤੀ ਸੀ ਨੈਕਸਟ ਆਪਾਂ ਮੂਵ ਕਰਦੇ ਹਾਂ ਲਾਰਡ ਹਾਰਡਿੰਗ ਅਤੇ ਮਹਾਰਾਜਾ ਦਲੀਪ ਸਿੰਘ ਦੇ ਵਿਚਕਾਰ ਲਾਹੌਰ ਦੀ ਸੰਧੀ ਕਦੋਂ ਕੀਤੀ ਗਈ ਸੀ ਹਾਂਜੀ ਇਸ ਦਾ ਆਪਣੇ ਕੋਲ ਸਹੀ ਆ ਸਰ ਕੀ ਹੋ ਜਾਵੇਗਾ ਬੀ ਇਸ ਦਾ ਰਾਈਟ ਆਨਸਰ ਹੋਵੇਗਾ 9 ਮਾਰਚ 1846 ਈਸਵੀ ਹਾਂਜੀ ਲਾਰਡ ਹਾਰਡਿੰਗ ਅਤੇ ਮਹਾਰਾਜਾ ਦਲੀਪ ਸਿੰਘ ਦੇ ਵਿਚਕਾਰ ਲਾਹੌਰ ਦੀ ਸੰਧੀ ਕਦੋਂ ਕੀਤੀ ਗਈ ਸੀਗੀ 9 ਮਾਰਚ 1846 ਈਸਵੀ ਨੂੰ ਨੈਕਸਟ ਪੈਰੋਵਾਲ ਦੀ ਸੰਧੀ ਕਦੋਂ ਹੋਈ ਸੀਗੀ ਹਾਂਜੀ ਇਸ ਦਾ ਆਪਣੇ ਕੋਲ ਸਹੀ ਆਨਸਰ ਕੀ ਹੋ ਜਾਵੇਗਾ ਡੀ ਇਸ ਦਾ ਰਾਈਟ ਆਪਸ਼ਨ ਹੋਵੇਗਾ 16 ਦਸੰਬਰ 1846 ਈਸਵੀ ਨੂੰ ਹਾਂਜੀ ਪੈਰੋਵਾਲ ਦੀ ਸੰਧੀ ਕਦੋਂ ਹੋਈ ਸੀਗੀ 16 ਦਸੰਬਰ 1846 ਈਸਵੀ ਨੂੰ ਨੈਕਸਟ ਦੂਸਰਾ ਐਂਗਲੋ ਸਿੱਖ ਯੁੱਧ ਕਦੋਂ ਲੜਿਆ ਗਿਆ ਸੀਗਾ ਹਾਂਜੀ ਆਲਰੇਡੀ ਦੱਸ ਚੁੱਕਿਆ ਹਾਂ ਇਸ ਕੁਸ਼ਨ ਨੂੰ ਵੀ ਤੁਸੀਂ ਈਜ਼ੀਲੀ ਟੈਂਪਟ ਕਰ ਸਕਦੇ ਹੋ ਹਾਂਜੀ ਇਸ ਦਾ ਆਪਣੇ ਕੋਲ ਸਹੀ ਆ ਸਰਕੀ ਹੋ ਜਾਵੇਗਾ ਬੀ ਇਸ ਦਾ ਰਾਈਟ ਆਨਸਰ ਹੋਵੇਗਾ 1848-49 ਈਸਵੀ ਨੂੰ ਦੂਸਰਾ ਐਂਗਲੋ ਸਿੱਖ ਯੁੱਧ ਲੜਿਆ ਗਿਆ ਸੀ ਨੈਕਸਟ ਦੂਸਰੇ ਐਂਗਲੋ ਸਿੱਖ ਯੁੱਧ ਸਮੇਂ ਪਾਰਤ ਦਾ ਗਵਰਨਰ ਜਨਰਲ ਕੌਣ ਸੀਗਾ ਹਾਂਜੀ ਇਹ ਵੀ ਆਲਰੇਡੀ ਮੈਂ ਦੱਸ ਚੁੱਕਿਆ ਹਾਂ ਇਸ ਕੁਸ਼ਨ ਨੂੰ ਤੁਸੀਂ ਈਜ਼ੀਲੀ ਟੰਟਕ ਕਰ ਸਕਦੇ ਹੋ ਹਾਂਜੀ ਇਸ ਤ ਆਪਣੇ ਕੋਲ ਸਹੀ ਆ ਸਰ ਕੀ ਹੋ ਜਾਵੇਗਾ ਸੀ ਇਸ ਦਾ ਰਾਈਟ ਆਪਸ਼ਨ ਹੈ ਕਾ ਲਾਰਡ ਡਲਹੌਜੀ ਹਾਂਜੀ ਦੂਸਰੇ ਐਂਗਲੋ ਸਿੱਖ ਯੋਧੇ ਦੇ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀਗਾ ਲਾਰਡ ਡਲਹੌਜੀ ਨੈਕਸਟ ਆਪਾਂ ਮੂਵ ਕਰਦੇ ਹਾਂ 12 ਨੰਬਰ ਕੁਸ਼ਣ ਵੱਲ ਹਾਂਜੀ ਚਿੱਲਿਆਂ ਵਾਲਿਆਂ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਸੀ ਹਾਂਜੀ ਇਸ ਤੋਂ ਆਪਣੇ ਕੋਲ ਸਹੀ ਆंसर ਕੀ ਹੋ ਜਾਵੇਗਾ ਬੀ ਇਸ ਦਾ ਰਾਈਟ ਆਪਸ਼ਨ ਹੋਵੇਗਾ ਸ਼ੇਰ ਸਿੰਘ ਦੇ ਹਾਂਜੀ ਚਿੱਲਿਆਂ ਵਾਲੇ ਦੀ ਜੜਾਈ ਹੋਈ ਸੀਗੀ ਇਸ ਵਿੱਚ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਸੀਗੀ ਸ਼ੇਰ ਸਿੰਘ ਨੇ ਕੀਤੀ ਸੀਗੀ ਇਸ ਤੋਂ ਇਲਾਵਾ ਚਿੱਲਿਆਂ ਵਾਲੇ ਦੀ ਲੜਾਈ ਹੋਈ ਕਦੋਂ ਸੀਗੀ ਤਾਂ ਤੁਹਾਡਾ ਸਹੀ ਆंसर ਕੀ ਹੋਵੇਗਾ 13 ਜਨਵਰੀ 1849 ਈਸਵੀ ਨੂੰ ਐਂਡ ਅੰਗਰੇਜ਼ੀ ਸਨਾਂ ਦੀ ਅਗਵਾਈ ਕਿਸ ਨੇ ਕੀਤੀ ਸੀਗੀ ਇਸ ਲੜਾਈ ਦੇ ਵਿੱਚ ਸਰ ਗੋਣੇ ਇਸ ਤੋਂ ਲਵਾ ਇਸ ਲੜਾਈ ਵਿੱਚ ਜਿੱਤ ਕਿੰਨਾ ਦੀ ਹੋਈ ਸੀਗੀ ਸਿੱਖਾਂ ਦੀ ਜਿੱਤ ਇਸ ਲੜਾਈ ਦੇ ਵਿੱਚ ਹੋਈ ਸੀ ਨੈਕਸਟ ਆਪਾਂ ਮੂਵ ਕਰਦੇ ਹਾਂ ਹਾਂਜੀ ਹਰਾਮਨਗਰ ਦੀ ਲੜਾਈ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਕੌਣ ਕਰ ਰਿਹਾ ਸੀਗਾ ਹਾਂਜੀ ਇਸ ਤੋਂ ਆਪਣੇ ਕੋਲ ਸਹੀਆਂ ਸੱਕੀ ਹੋ ਜਾਵੇਗਾ B ਇਸ ਦਾ ਰਾਈਟ ਆਨਸਰ ਹੋਊਗਾ ਸਰ ਗੋ ਹਾਂ ਜੀ ਰਾਮਨਗਰ ਦੀ ਲੜਾਈ ਵਿੱਚ ਅੰਗਰੇਜ਼ੀ ਸਨਾਂ ਦੀ ਗਵਾਈ ਕੌਣ ਕਰ ਰਿਹਾ ਸੀਗਾ ਸਰ ਗੋ ਇਸ ਤੋਂ ਲਾਵਾ ਰਾਮਨਗਰ ਦੀ ਲੜਾਈ ਹੋਈ ਕਦੋਂ ਸੀਗੀ 22 ਨਵੰਬਰ 1848 ਇਸ ਨੂੰ ਰਾਮਨਗਰ ਦੀ ਲੜਾਈ ਹੋਈ ਸੀਗੀ ਐਂਡ ਇਸ ਲੜਾਈ ਵਿੱਚ ਵੀ ਸਿੱਖਾਂ ਦੀ ਜਿੱਤ ਹੋਈ ਸੀਗੀ ਐਂਡ ਸਿੱਖਾਂ ਦੀ ਗਵਾਈ ਇਸ ਲੜਾਈ ਵਿੱਚ ਕਿਸ ਨੇ ਕੀਤੀ ਸੀਗੀ ਸ਼ੇਰ ਸਿੰਘ ਅਟਾਰੀ ਵਾਲੇ ਨੇ ਨੈਕਸਟ ਗੁਜਰਾਤ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕੌਣ ਕਰ ਰਿਹਾ ਸੀ ਹਾਂਜੀ ਇਸ ਦਾ ਆਪਣੇ ਕੋਲ ਸਹੀ ਆਨਸਰ ਕੀ ਹੋ ਜਾਵੇਗਾ ਸੀ ਇਸ ਦਾ ਰਾਈਟ ਆਰਸਰ ਹੋਵੇਗਾ ਉਪਰੋਕਤ ਦੋਨੋਂ ਯਾਨੀ ਕਿ ਸ਼ੇਰ ਸਿੰਘ ਅਤੇ ਛੱਤਰ ਸਿੰਘ ਜੋ ਸਨ ਇਹ ਗੁਜਰਾਤ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਰ ਰਹੇ ਸਨ ਇਸ ਤੋਂ ਇਲਾਵਾ ਅੰਗਰੇਜ਼ੀ ਸਨਾਂ ਦੀ ਅਗਵਾਈ ਇਸ ਲੜਾਈ ਵਿੱਚ ਕਿਸ ਨੇ ਕੀਤੀ ਸੀਗੀ ਤਾਂ ਤੁਹਾਡਾ ਸਹੀ ਆਨਸਰ ਕੀ ਹੋਵੇਗਾ ਸਰ ਗੋ ਨੇ ਇਸ ਲੜਾਈ ਵਿੱਚ ਅੰਗਰੇਜ਼ੀ ਸਨਾਂ ਦੀ ਅਗਵਾਈ ਕੀਤੀ ਸੀ ਇਸ ਤਰ੍ਹਾਂ ਜਿਕਰ ਆਪਾਂ ਇਸ ਲੜਾਈ ਦੀ ਗੱਲ ਕਰੀ ਤਾਂ ਕਦੋਂ ਹੋਈ ਸੀਗੀ ਗੁਜਰਾਤ ਦੀ ਲੜਾਈ 21 ਫਰਵਰੀ 1849 ਈਸਵੀ ਨੂੰ ਹਾਂਜੀ ਜਿੰਨੀਆਂ ਵੀ ਡੇਟਸ ਹਨ ਤੁਸੀਂ ਜ਼ਰੂਰ ਨੋਟ ਕਰਨਾ ਹੋਵੇਗਾ ਨੈਕਸਟ ਆਪਣਾ ਕੁਸ਼ਨ ਗਿਆ ਮੁਲਤਾਨ ਦੀ ਲੜਾਈ ਵਿੱਚ ਸਿੱਖਾਂ ਦੀ ਗਵਾਈ ਕੌਣ ਕਰ ਰਿਆ ਸੀ ਹਾਂਜੀ ਇਸ ਦਾ ਆਪਣੇ ਕੋਲ ਸਹੀ ਆंसर ਕੀ ਹੋ ਜਾਵੇਗਾ ਸੀ ਇਸ ਦਾ ਰਾਈਟ ਆਪਸ਼ਨ ਹੋਵੇਗਾ ਮੋੜ ਰਾਜ हां जी मुल्तान ਦੀ ਲੜਾਈ ਵਿੱਚ ਸਿੱਖਾਂ ਦੀ ਗਵਾਈ ਕੌਣ ਕਰ ਰਿਹਾ ਸੀਗਾ ਮੋੜ ਰਾਜ ਮੁਲਤਾਨ ਤੋਂ ਤੁਸੀਂ ਮੋੜ ਰਾਜ ਆਸਾਨੀ ਨਾਲ ਯਾਦ ਰੱਖ ਸਕਦੇ ਹੋ ਇਸ ਤੋਂ ਲਵਾ ਮੁਲਤਾਨ ਦੀ ਲੜਾਈ ਹੋਈ ਕਦੋਂ ਸੀਗੀ 22 ਜਨਵਰੀ 1849 ਈਸਵੀ ਨੂੰ ਮੁਲਤਾਨ ਦੀ ਲੜਾਈ ਹੋਈ ਸੀਗੀ ਐਂਡ ਇਸ ਵਿੱਚ ਅੰਗਰੇਜ਼ੀ ਸੈਨਾ ਦੀ ਜਿੱਤ ਹੋਈ ਸੀਗੀ ਇਸ ਤੋਂ ਲਵਾ ਅੰਗਰੇਜ਼ਾਂ ਦੀ ਗਵਾਈ ਕਿਸ ਨੇ ਕੀਤੀ ਸੀਗੀ ਇਸ ਲੜਾਈ ਵਿੱਚ ਜਨਰਲ ਵਿਸ਼ਨੇ ਨੈਕਸਟ ਟੌਪ ਅ ਮੂਵ ਕਰਦੇ ਹਾਂ ਹਾਂਜੀ ਪੰਜਾਬ ਨੂੰ ਕਿਸ ਦੇ ਕੈਨ ਤੇ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ ਸੀਗਾ ਹਾਂਜੀ ਇਸ ਦਾ ਆਪਣੇ ਕੋਲ ਸਹੀ ਆਂਸਰ ਕੀ ਹੋ ਜਾਵੇਗਾ ਏ ਇਸ ਦਾ ਰਾਈਟ ਆਪਸ਼ਨਗਾ ਲਾਰਡ ਡਲਹੌਜੀ ਦੇ ਕੈਨ ਤੇ ਹਾਂਜੀ ਪੰਜਾਬ ਨੂੰ ਕਿਸ ਦੇ ਕੈਨ ਤੇ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ ਸੀਗਾ ਲਾਰਡ ਡਲਹੌਜੀ ਦੇ ਕੈਨ ਤੇ ਅੜ ਕਦੋਂ ਮਿਲਾਇਆ ਗਿਆ ਸੀਗਾ ਜਿਸ ਨੂੰ ਤੁਸੀਂ ਨੋਟ ਕਰਨਾ ਹੋਵੇਗਾ 29 ਮਾਰਚ 1849 ਈਸੀ ਨੂੰ ਹਾਂਜੀ ਇਸ ਡੇਟ ਨੂੰ ਸਾਰੇ ਵਿਦਿਆਰਥੀਆਂ ਨੇ ਯਾਦ ਰੱਖਣਾ ਹੋਵੇਗਾ। ਨੈਕਸਟ ਆਪਾਂ ਮੂਵ ਕਰਦੇ ਹਾਂ ਹਾਂਜੀ ਦੂਜੇ ਐਂਗਲੋ ਸਿੱਖ ਯੁੱਧ ਦੀ ਲੜਾਈ ਸੌਰੀ ਦੂਜੇ ਐਂਗਲੋ ਸਿੱਖ ਯੁੱਧ ਦੀ ਕਿਹੜੀ ਲੜਾਈ ਨੂੰ ਬੰਦੂਕਾਂ ਦੀ ਲੜਾਈ ਦਾ ਨਾਮ ਦਿੱਤਾ ਜਾਂਦਾ ਹੈ? ਹਾਂਜੀ ਇਸ ਦਾ ਆਪਣੇ ਕੋਲ ਸਹੀਆਂ ਸਰਕੀ ਹੋ ਜਾਵੇਗਾ ਸੀ ਇਸ ਦਾ ਰਾਈਟ ਆਪਸ਼ਨ ਹੈਗਾ ਗੁਜਰਾਤ ਦੀ ਲੜਾਈ ਨੂੰ ਹਾਂਜੀ ਗੁਜਰਾਤ ਦੀ ਲੜਾਈ ਨੂੰ ਬੰਦੂਕਾਂ ਦੀ ਲੜਾਈ ਦਾ ਨਾਮ ਵੀ ਦਿੱਤਾ ਜਾਂਦਾ ਹੈ ਮੋਸਟ ਇੰਪੋਰਟੈਂਟ ਕੁਸਚਨ ਬਹੁਤ ਹੀ ਵਾਰੀ ਵਿਕੋਸ਼ ਨਾਲ ਅਲੱਗ-ਅਲੱਗ ਕੰਪਿਊਟਰ ਟੈਕ ਇਗਜ਼ਾਮ ਚ ਰਿਪੀਟ ਹੋ ਚੁੱਕਿਆ ਹੈ। ਨੈਕਸਟ ਆਪਾਂ ਮੂਵ ਕਰਦੇ ਹਾਂ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਸੀਗਾ? ਹਾਂਜੀ ਆਲਰੇਡੀ ਦੱਸ ਚੁੱਕਿਆ ਹਾਂ ਇਸ ਕੁਸ਼ਨ ਵੀ ਤੁਸੀਂ ਈਜ਼ੀਲੀ ਟੰਪਟ ਕਰ ਸਕਦੇ ਹੋ। ਹਾਂਜੀ ਇਸ ਤੋਂ ਆਪਣੇ ਕੋਲ ਸਹੀ ਆਨਸਰ ਕੀ ਹੋ ਜਾਵੇਗਾ? ਸੀ ਇਸ ਦਾ ਰਾਈਟ ਹੋ ਜਾਵੇਗਾ 29 ਮਾਰਚ 1849 ਈਸਵੀ ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ। ਨੈਕਸਟ ਆਪਾਂ ਮੂਵ ਕਰਦੇ ਹਾਂ ਜੀ ਕਿਹੜੀ ਸੰਧੀ ਦੇ ਤਹਿਤ ਬਿਆਸ ਅਤੇ ਸਤਲੁਜ ਵਿਚਕਾਰਲੇ ਖੇਤਰਾਂ ਨੂੰ ਅੰਗਰੇਜ਼ੀ ਸਾਮਰਾਜ ਕੋਲ ਦੇ ਦਿੱਤਾ ਗਿਆ ਸੀਗਾ ਹਾਂਜੀ ਇਸ ਦਾ ਆਪਣੇ ਕੋਲ ਸਹੀ ਆंसर ਕੀ ਹੋ ਜਾਵੇਗਾ ਸੀ ਇਸ ਦਾ ਰਾਈਟ ਆਪਸ਼ਨ ਹੈਗਾ ਲਾਹੌਰ ਦੀ ਸੰਧੀ ਦੇ ਤਹਿਤ ਜੋ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਪਾਕਿਸਤਾਨ ਤਾਂ ਅੰਗਰੇਜ਼ਾਂ ਕੋਲ ਚਲੇ ਗਏ ਸਨ ਅਡ ਲਾਹੌਰ ਦੀ ਸੰਧੀ ਹੋਈ ਕਦੋਂ ਸੀਗੀ 9 ਮਾਰਚ ਜੋ ਕਿ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ 9 ਮਾਰਚ 1846 ਈਸਵੀ ਨੂੰ ਲਾਹੌਰ ਦੀ ਸੰਧੀ ਕੋਈ ਸੀ ਨੈਕਸਟ ਆਪਾਂ ਇਸ ਵੀਡੀਓ ਦਾ ਲਾਸਟ ਕੁਐਸਚਨ ਦੇਖ ਲੈਂਦੇ ਆ ਹਾਂਜੀ ਕਿਹੜੀ ਸੰਧੀ ਦੇ ਤਹਿਤ ਗੁਲਾਬ ਸਿੰਘ ਨੂੰ 1 ਕਰੋੜ ਰੁਪਏ ਦੇਣ ਦੀ ਬਜਾਏ ਉਸ ਨੂੰ ਜੰਮੂ ਅਤੇ ਕਸ਼ਮੀਰ ਵਾਲਾ ਇਲਾਕਾ ਦੇ ਦਿੱਤਾ ਗਿਆ ਸੀ ਹਾਂਜੀ ਇਸ ਦਾ ਆਪਣੇ ਕੋਲ ਸਹੀ ਆ ਸਰ ਕੀ ਹੋ ਜਾਵੇਗਾ ਬੀ ਇਸ ਦਾ ਰਾਈਟ ਆਪਸ਼ਨ ਹੋਵੇਗਾ ਲਾਹੌਰ ਦੀ ਸੰਧੀ ਦੇ ਤਹਿਤ ਇਸ ਤਰ੍ਹਾਂ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਜਰੂਰ ਦੱਸਣਾ ਹੈ ਐਂਡ ਜੇਕਰ ਤੁਹਾਨੂੰ ਇਹ ਵੀਡੀਓ ਹੈਲਪਫੁੱਲ ਲੱਗੀ ਵੀ ਤਾਂ ਪਲੀਜ਼ ਯਾਰ ਇਸ ਵੀਡੀਓ ਨੂੰ ਆਪਣੇ ਫਰੈਂਡਸ ਨੂੰ ਵੀ ਜਰੂਰ ਸ਼ੇਅਰ ਕਰ ਦੇਣਾ ਹੈ ਤਾਂ ਜੋ ਉਹਨਾਂ ਦੀ ਵੀ ਹੈਲਪ ਹੋ ਸਕੇ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀਆਂ ਨੇ ਹਜੇ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਵੋ ਤਾਂ ਜੋ ਜਦੋਂ ਵੀ ਕੋਈ ਨੈਕਸਟ ਵੀਡੀਓ ਅਪਲੋਡ ਹੁੰਦੀ ਹੈ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸ ਤਰ੍ਹਾਂ ਪੰਜਾਬ ਦੇ ਲਗਭਗ ਸਾਰੇ ਹੀ ਪੇਪਰਾਂ ਨੂੰ ਟਾਰਗੇਟ ਰੱਖਦੇ ਹੋਏ ਇਸ ਚੈਨਲ ਤੇ ਪੰਜਾਬ ਜੀਕੇ ਦੀਆਂ ਪਲੱਸ ਇੰਡੀਅਨ ਜੀਕੇ ਦੀਆਂ ਕਾਫੀ ਵੀਡੀਓਜ਼ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ ਜੇਕਰ ਤੁਸੀਂ ਉਹਨਾਂ ਵੀਡੀਓਜ਼ ਨੂੰ ਨਹੀਂ ਦੇਖਿਆ ਤਾਂ ਉਹਨਾਂ ਵੀਡੀਓਜ਼ ਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕਰਵਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਚੈਨਲ ਦੀ ਪਲੇ ਲਿਸਟ ਵਿੱਚ ਵਿਜ਼ਿਟ ਕਰਕੇ ਵੀ ਦੇਖ ਸਕਦੇ ਹੋ ਉੱਥੇ ਵੀ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਪ੍ਰੋਵਾਈਡ ਕਰਵਾਈਆਂ ਹੋਈਆਂ ਹਨ ਸੋ ਸਾਰੇ ਵਿਦਿਆਰਥੀਆਂ ਨੂੰ ਰਿਕੁਐਸਟ ਹੈ ਕਿ ਉਹਨਾਂ ਵੀਡੀਓਜ਼ ਨੂੰ ਵੀ ਤੁਸੀਂ ਇੱਕ ਤੋਂ ਦੋ ਵਾਰ ਜ਼ਰੂਰ ਦੇਖ ਲੈਣਾ ਹੈ ਤਾਂ ਜੋ ਇਗਜ਼ਾਮ 'ਚ ਹੜਪ ਹੋ ਸਕੇ ਤਾਂ ਹੁਣ ਆਪਾਂ ਅੱਜ ਦੀ ਇਹ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਆਂ ਕਿਸ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ